ਦਲਹੋਜੀ ਦੇ ਵਿੱਚ ਘੁੰਮਣ ਗਏ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਅਚਾਨਕ ਹੀ ਉਸਦੀ ਕਾਰ ਇੱਕ ਡੂੰਘੇ ਖੱਡ ਦੇ ਵਿੱਚ ਜਾ ਗਿਰੀ, ਜਿਸ ਦੇ ਵਿੱਚ ਕਈ ਪਲਟੀਆਂ ਖਾਣ ਤੋਂ ਬਾਅਦ ਕਾਰ ਮੁੱਦੀ ਹੋ ਜਾਂਦੀ ਹੈ, ਜਿਸ ਦੇ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਲੋਕ ਗਰਮੀ ਦੇ ਕਾਰਨ ਠੰਡੀਆਂ ਥਾਵਾਂ ਦੇ ਉੱਤੇ ਜਾਂਦੇ ਨੇ, ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਘੁੰਮਣ ਦੇ ਲਈ ਲੈ ਕੇ ਜਾਂਦੇ ਨੇ, ਤਾਂ ਠੀਕ ਉਸੇ ਤਰ੍ਹਾਂ ਇਹ ਵੀ ਨੌਜਵਾਨ ਆਪਣੇ ਪੂਰੇ ਪਰਿਵਾਰ ਦੇ ਨਾਲ ਡਲਹੌਜੀ ਦੇ ਵਿੱਚ ਘੁੰਮਣ ਦੇ ਲਈ ਗਿਆ ਸੀ। ਪਰ ਡਲਹੌਜੀ ਦੇ ਖਜਿਆਰ ਦੇ ਵਿੱਚ ਜ਼ਿਆਦਾ ਭੀੜ ਹੋਣ ਦੇ ਕਾਰਨ ਜਾਮ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਇਹ ਆਪਣੇ ਪਰਿਵਾਰ ਨੂੰ ਕਹਿੰਦਾ ਹੈ ਕਿ ਤੁਸੀਂ ਤੁਰ ਕੇ ਅੱਗੇ ਚਲੋ। ਉਹ ਗੱਡੀ ਲੈ ਕੇ ਆ ਰਿਹਾ, ਪਰ ਜਿਵੇਂ ਹੀ ਉਹ ਤੁਰ ਕੇ ਅੱਗੇ ਜਾਣ ਲੱਗਦੇ ਨੇ, ਜਾਮ ਜ਼ਿਆਦਾ ਹੁੰਦਾ ਹੈ, ਤਾਂ ਗੱਡੀ ਜੋ ਹੈ ਉਹ ਸੰਤੁਲਨ ਖੋ ਪੈਂਦੀ ਹੈ ਅਤੇ ਪਹਾੜੀ ਤੋਂ ਸਿੱਧਾ ਹੇਠਾਂ ਡਿੱਗ ਜਾਂਦੀ ਹੈ, ਜਿਸ ਦੇ ਵਿੱਚ ਇਹ ਸ਼ਖਸ ਮੌਜੂਦ ਹੁੰਦਾ, ਜਿਸ ਦੀ ਪਹਿਚਾਣ ਹੁਣ ਗੁਰਦਾਸਪੁਰ ਦੇ ਰਮਨ ਕੁਮਾਰ ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਆਪਰੇਟਰ ਦੇ ਤੌਰ 'ਤੇ ਕੰਮ ਕਰਦਾ ਸੀ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਇਹ ਸਾਹਮਣੇ ਆਈ ਹੈ ਡਲਹੌਜੀ ਤੋਂ। ਡਲਹੌਜੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ, ਕਿਉਂਕਿ ਉਸਦੀ ਕਾਰ ਜੋ ਹੈ ਉਹ ਪਹਾੜੀ ਤੋਂ ਸਿੱਧਾ ਹੇਠਾਂ ਡਿੱਗ ਜਾਂਦੀ ਹੈ, ਕਰੀਬ 50 ਮੀਟਰ ਡੂੰਘੀ ਖੱਡ ਦੇ ਵਿੱਚ ਜਾ ਗਿਰੀ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਹਾਲਾਂਕਿ ਪਰਿਵਾਰ ਜੋ ਹੈ ਉਹ ਪੈਦਲ ਹੀ ਅੱਗੇ ਜਾ ਰਿਹਾ ਸੀ ਅਤੇ ਪਿੱਛੋਂ ਤੀ ਇਹ ਕਾਰ ਲੈ ਕੇ ਜਾਂਦੇ ਸਮੇਂ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਅਤੇ ਗੁਰਦਾਸਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਾਸੇ ਸਾਰੇ ਹੀ ਬੜੀ ਖੁਸ਼ੀ ਦੇ ਨਾਲ ਆਪਣੀਆਂ ਛੁੱਟੀਆਂ ਬਿਤਾਉਣ ਦੇ ਲਈ ਡਲਹੌਜੀ ਦੇ ਵਿੱਚ ਪਹੁੰਚੇ ਸੀ, ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ। ਦੁੱਖਾਂ ਦਾ ਪਹਾੜ ਜੋ ਹੈ ਇਸ ਪਰਿਵਾਰ ਦੇ ਉੱਤੇ ਟੁੱਟਿਆ, ਕਿਉਂਕਿ ਪਰਿਵਾਰ ਦੇ ਇੱਕ ਜੀ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ। ਤਾਂ ਪੰਜਾਬ ਪੁਲਿਸ ਦੇ ਵਿੱਚ ਇਹ ਓਪਰੇਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ, ਰਮਨ ਕੁਮਾਰ ਵਜੋਂ ਇਸ ਦੀ ਪਹਿਚਾਣ ਹੋਈ ਹੈ, ਜੋ ਕਿ ਆਪਣੇ ਪਰਿਵਾਰ ਦੇ ਨਾਲ ਡਲਹੌਜੀ ਦੇ ਵਿੱਚ ਘੁੰਮਣ ਦੇ ਲਈ ਗਿਆ ਸੀ।